ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ, ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ। ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ, ਬਦ ਇੰਤਜ਼ਾਮੀਆਂ, ਖੱਜਲ ਖੁਆਰੀਆਂ। ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ, ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ, ਤਾਏ, ਪਿਓ, ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ, ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ, ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ। ਇਨਫੋਰਮੇਸ਼ਨ ਆਈ ਸੀ ਕਿ ਇੱਥੇ ਜਿਹੜਾ ਇੰਡਸਟਰੀਅਲ ਗਰੋਥ ਸੈਂਟਰ ਦੇ ਵਿੱਚ ਓਟ ਸੈਂਟਰ ਚੱਲ ਰਿਹਾ, ਜਿੱਥੇ ਕਿ ਡੀ ਐਡਿਕਸ਼ਨ ਵਾਸਤੇ ਜਿਹੜੇ ਡਰੱਗ ਅਡਿਕਟਸ ਹੈ ਉਹਨਾਂ ਨੂੰ ਜ਼ਬਾਨ ਥੱਲੇ ਰੱਖਣ ਵਾਲੀ ਸਬ ਲਿੰਗੁਅਲ ਜਿਹਨੂੰ ਕਹਿੰਦੇ ਆ ਗੋਲੀ ਦਿੱਤੀ ਜਾਂਦੀ ਹੈ। ਅਤੇ ਸਾਨੂੰ ਇਨਫੋਰਮੇਸ਼ਨ ਸੀਗੀ ਕਿ ਇੱਥੇ ਐਕਚੁਅਲ ਅਡਿਕਟਸ ਬਹੁਤ ਘੱਟ ਨੇ ਅਤੇ ਫੇਕ ਆਈ ਡੀਜ਼ ਬਣਾਈਆਂ ਹੋਈਆਂ ਲੋਕਾਂ ਨੇ ਅਤੇ ਉਹ ਫੇਕ ਆਈ ਡੀਜ਼ ਦੇ ਬੇਸਿਸ 'ਤੇ ਗੋਲੀਆਂ ਲਿਜਾ ਕੇ ਬਾਹਰ ਵੇਚਦੇ ਹਾਂ। ਇਸ ਇਨਫੋਰਮੇਸ਼ਨ ਦੇ ਬੇਸਿਸ 'ਤੇ ਅਸੀਂ ਅੱਜ ਇੱਥੇ ਰੇਡ ਕਰਨ ਆਏ ਸੀ ਇਹਨਾਂ ਦੀ ਡਾਕਟਰਸ ਦੀ ਟੀਮ ਦੇ ਨਾਲ ਅਤੇ ਆਪਣੀ ਚੌਂਕੀ ਇੱਥੇ ਸਦਰ ਦੀ ਟੀਮ ਦੇ ਨਾਲ। ਅਤੇ ਅਸੀਂ ਇੱਥੇ ਬੜੀ ਸਟ੍ਰਿਕਟ ਇੰਸਟਰਕਸ਼ਨ ਦਿੱਤੀ ਹੈ ਆਪਣੀ ਜਿਹੜੀ ਰੈਪਿਡ ਰੂਰਲ ਗੱਡੀ ਹੈ PCR ਡਿਪਲੋਇਡ ਰਹਿੰਦੀ ਇੱਥੇ 24 ਘੰਟੇ, ਕਿ ਜਦੋਂ ਸਵੇਰੇ 9 ਵਜੇ ਤੋਂ ਇੱਥੇ ਗੋਲੀਆਂ ਮਿਲਣੀਆਂ ਸ਼ੁਰੂ ਹੁੰਦੀਆਂ ਉੱਥੋਂ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਜਦੋਂ ਤੱਕ ਜ਼ਿਆਦਾ ਕਰਾਊਡ ਹੁੰਦਾ ਉਹ ਇੱਥੇ ਡਿਪਲੋਇਡ ਰਹਿਣਗੇ। ਤਾਂ ਇਹ ਅਤੇ ਰੈਂਡਮਲੀ ਚੈੱਕ ਕਰਨਗੇ ਕਿ ਜਿਹੜੇ ਪੇਸ਼ੈਂਟਸ ਆਪਣੀ ਗੋਲੀਆਂ ਲੈਣ ਆ ਰਹੇ ਆ ਉਹ ਐਕਚੁਅਲ ਪੇਸ਼ੈਂਟਸ ਹੀ ਹੈ। ਅਤੇ ਡਾਕਟਰ ਸਾਹਿਬ ਨੇ ਵੀ ਆਪਣੀ ਟੀਮਸ ਨੂੰ ਚੈੱਕ ਕੀਤਾ ਕਿ ਇਹਨਾਂ ਦਾ ਰੈਂਡਮ ਡੋਪ ਟੈਸਟ ਕੀਤਾ ਜਾਵੇਗਾ, ਯੂਰਨ ਟੈਸਟ ਕੀਤਾ ਜਾਵੇਗਾ, ਤਾਂ ਜੋ ਪਤਾ ਲੱਗ ਸਕੇ ਕਿ ਐਕਚੁਅਲੀ ਇਹ ਪੇਸ਼ੈਂਟਸ ਹੈ ਅਤੇ ਇਹ ਅੱਗੇ ਗੋਲੀਆਂ ਵੇਚਣ ਵਾਸਤੇ ਨਹੀਂ ਲੈ ਕੇ ਜਾ ਰਹੇ। ਬਾਹਰ ਬਣੇ ਨੇ ਕਿਤੇ ਕਿਤੇ ਨਸ਼ੇੜੀਆਂ ਦਾ ਅੱਡਾ ਬਣ ਗਿਆ ਨਹੀਂ, ਇਹ ਸਾਨੂੰ ਵੀ ਹੁਣ ਦੇਖੋ ਧਿਆਨ 'ਚ ਆਇਆ। ਅਸੀਂ ਆਪਣੀ ਫੋਰਸ ਨੂੰ ਬਰੀਫ ਕੀਤਾ ਅਤੇ ਅਸੀਂ ਇਹ ਮੈਟਰ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਵੀ ਪਿਕਅਪ ਕਰਾਂਗੇ ਕਿ ਜਿਹੜੇ ਵੀ ਇੱਥੇ ਖੋਖੇ ਨੇ, ਚਾਹ ਦੇ ਆ, ਪਰੌਂਠਿਆਂ ਦੇ, ਉਹ ਅਸੀਂ ਚੁਕਾ ਦਾਂਗੇ ਤਾਂ ਕਿ ਇਹ ਜਿਹੜੇ ਨਸ਼ੇੜੀ ਨੇ ਆ, ਜਿਹੜੇ ਅਡਿਕਟਸ ਨੇ, ਇਹਨਾਂ ਨੂੰ ਬੈਠਣ ਲਈ ਅਤੇ ਇਕੱਠੇ ਹੋਣ ਲਈ ਕੋਈ ਥਾਂ ਨਾ ਮਿਲੇ। ਪੁਲਿਸ ਪ੍ਰਸ਼ਾਸਨ ਨਾਲ ਤਾਂ ਅਸੀਂ ਮਿਲ ਕੇ ਕੰਬਾਈਂਡ ਇੱਥੇ ਵਿਜ਼ਿਟ ਕੀਤੀ ਸੀ ਅਤੇ ਇੱਥੇ ਅੱਜ ਅਸੀਂ ਇੱਕ ਤਾਂ ਰੂਟੀਨ ਰੈਂਡਮਲੀ ਯੂਰੀਨ ਟੈਸਟਿੰਗ ਅਸੀਂ ਪਹਿਲਾਂ ਵੀ ਕਰਦੇ ਸੀ ਹਫ਼ਤੇ ਵਾਈਜ਼, ਅਤੇ ਅੱਜ ਅਸੀਂ ਕਾਫੀ ਬੰਦਿਆਂ ਦੀ ਸਵੇਰ ਤੋਂ ਟੈਸਟਿੰਗ ਸ਼ੁਰੂ ਕੀਤੀ। ਉਹ 'ਚ ਹੁਣ ਤੱਕ ਮੇਰੇ 30 ਟੈਸਟ ਹੋ ਚੁੱਕੇ ਨੇ ਯੂਰੀਨ ਟੈਸਟ, ਅਤੇ ਉਹ 'ਚੋਂ 10 ਬੰਦੇ ਜਿਹੜੇ ਆ ਨੈਗੇਟਿਵ ਆਏ ਜਿਨ੍ਹਾਂ ਦਾ ID ਪਰਮਨੈਂਟ ਲੋਕ ਕਰਤਾ। ਮੰਨ ਸਕਦੀ ਵੀ ਬੀਚ 'ਤੇ ਹੋਣਗੇ ਇਹ ਬੰਦੇ ਸਾਰੇ? ਹਾਂਜੀ, ਜਦੋਂ ਦੇਖੋ ਨਾ ਤਾਂ ਉਹਨਾਂ ਦਾ ਕੋਈ ਨਸ਼ਾ ਵਿੱਚ ਆਇਆ ਉਹਦੇ ਵਿੱਚ,
ਨਾ ਕੋਈ ਉਹ 'ਚ ਬੀਪੀ ਨੋਰਫਿਨ ਵਾਲੀ ਟੈਬਲੇਟ ਅਜੇ ਖਾ ਰਹੇ ਆ ਰੈਗੂਲਰ, ਤਾਂ ਉਹਨਾਂ ਦੀ ਜਿਹੜੇ ਉਹਨਾਂ ਦੇ ਬਣੇ ਆਈ ਡੀ ਤਾਂ ਉਹਨਾਂ ਦੀ ਪੋਜ਼ਿਟਿਵ ਹੋਣੀ ਚਾਹੀਦੀ ਸੀ, ਪਰ ਉਹ ਨੈਗੇਟਿਵ ਆ ਗਿਆ, ਮਤਲਬ ਉਹ ਗੋਲੀ ਦਾ ਮਿਸਯੂਜ਼ ਕਰ ਰਿਹਾ ਕਿਸੇ ਨਾ ਤਰ੍ਹਾਂ। ਅਤੇ ਇੱਦਾਂ ਜਿਹੜੇ ਕੱਲ੍ਹ ਬੰਦੇ ਵੀਡੀਓ 'ਚ ਆਏ ਸੀ ਉਹਨਾਂ ਦੇ ਆਈ ਡੀ ਵੀ ਅਸੀਂ ਬੰਦੇ ਆਈਡੈਂਟੀਫਾਈ ਕੀਤੇ ਆ, ਜਿਹੜੇ ਕੁਛ ਬੰਦੇ ਸਾਡੇ ਇੱਥੋਂ ਆਈ ਡੀ ਬਣੇ ਸੀ ਜਾਂ ਸਾਡੇ ਇੱਥੋਂ ਦਵਾਈ ਲੈ ਰਹੇ ਸੀ ਉਹਨਾਂ ਦੇ ਆਈ ਡੀ ਬਲੋਕ ਕਰਤੇ। ਇੱਕ ਦੋ ਬੰਦੇ ਕੱਲ੍ਹ ਵੀਡੀਓ 'ਚ ਬਾਹਰਲੇ ਸੀਗੇ, ਉਹ ਪੁਲਿਸ ਪ੍ਰਸ਼ਾਸਨ ਦਾ ਅਸੀਂ ਆਈਡੈਂਟੀਫਾਈ ਕਰਦੇ ਹਾਂ, ਉਹ ਲਿਸ਼ ਕਰਦੇ ਹਾਂ। ਪੁਲਿਸ ਨੇ ਇਨਸ਼ੋਰ ਕੀਤਾ ਇੱਥੇ ਸੁਰੱਖਿਆ ਦੇ ਪ੍ਰਬੰਧ ਕੀਤੇ? ਪੁਲਿਸ ਨੇ ਇਨਸ਼ੋਰ ਕੀਤਾ ਕਿ 9 ਤੋਂ 12 ਉਹਨਾਂ ਦਾ ਹੀ ਰੈਗੂਲਰ ਪੈਟਰੋਲਿੰਗ ਜਾਂ ਰੈਗੂਲਰ ਮੁਲਾਜ਼ਮ ਬਾਹਰ ਰਹਿਣਗੇ, ਅਤੇ ਪਲੱਸ ਜਿਹੜੇ ਖੋਖੇ ਆ ਚਾਹ ਦੀਆਂ ਦੁਕਾਨਾਂ ਉਹਨਾਂ ਨੂੰ ਚੁਕਵਾਇਆ ਜਾਏਗਾ, ਕਿਉਂਕਿ ਜਿਹੜੇ ਬਾਹਰ ਖੋਖੇ ਅਤੇ ਚਾਹ ਦੀ ਦੁਕਾਨਾਂ ਮੇਨ ਉਹੀ ਇਸ ਚੀਜ਼ ਦੇ ਅੱਡਾ ਬਣ ਚੁੱਕੇ ਨੇ।